Sube la voz. ਦੁਆ ਹੀ ਵਾਰ ਅਸੀਂ ਕਾਇਨਾਤ ਇਸ ਮੁਕੱਦਸ ਮੁਕਾਮ 'ਤੇ ਦੌੜਾਇਆ ਕਬੂਲ ਫਰਮਾਵੇ ਨਾ ਮੇਰਾ ਮਾਲਿਕ ਬਾਨੀਆਨ ਮਲਕ ਬਰਾਦਰਾਂ ਦਾ ਪੁਰ ਖਲੂਸ ਇਹਤਮਾਮ ਖਰਚਾ ਖਰਜਾਤ ਲੰਗਰ ਨਿਆਜ਼ ਪੜ੍ਹਨ ਵਾਲਾ ਦੀ ਪੜ੍ਹਾਈ ਮੈਂ ਹਕੀਰ ਦੀ ਨੌਕਰੀ ਆਪਣੇ ਪਾਕ ਦਰਬਾਰ 'ਚ ਕਬੂਲ ਫਰਮਾ ਮੇਰਾ ਬਾਦਸ਼ਾਹ ਅੱਲਾ ਜਿਤਨੇ ਮੂਮੈਂਟ ਹੋ ਰਹੇ ਨੇ ਜਿਹੜੀਆਂ ਨੇਕ ਦੁਆਵਾਂ ਦਿਲ 'ਚ ਲਏ ਨੇ ਹੁਸੈਨ ਬਾਦਸ਼ਾਹ ਦਾ ਸਦਕਾ ਨੂੰ ਸਜ਼ਾ ਫਰਮਾ ਕਰੀਮ ਅੱਲਾ ਮੂਮੈਂਟ ਬਿਮਾਰ ਹੈ ਤਵਾਸਤਾ ਬਿਮਾਰ ਕਰਬਲਾ ਦਾ ਸ਼ਿਫਾ ਕਾਮਿਲਾ ਵਜਲਾ ਦਾ ਫਰਮਾ ਸ਼ਹਿਨਸ਼ਾਹ ਅੱਲਾ ਕੋਈ ਮੂਮੈਂਟ ਬੇ ਔਲਾਦ ਹੈ ਤਸਦਕਾ ਹੁਸੈਨ ਬਾਦਸ਼ਾਹ ਦੇ ਪੀਂਗੇ ਵਾਲੇ ਬੱਚੜੇ ਦਾ ਔਲਾਦ ਨਰੀਨਾ ਦਾ ਫਰਮਾ ਮੇਰਾ ਮਾਲਿਕ ਅੱਲਾ ਕਿਤੇ ਕੋਈ ਮੂਮੈਂਟ ਕੈਦ ਹੈ ਤਵਾਸਤਾ ਹੁਸੈਨ ਦੀ ਧੀ ਦੇ ਜ਼ਖਮੀ ਕੰਨਾਂ ਦਾ ਕੈਦ ਰਿਹਾ ਫਰਮਾ ਕਰੀਮ ਅੱਲਾ ਜਿਤਨੇ ਹਾਜ਼ਰ ਬੈਠੇ ਹੋਏ ਅਮੀਨ ਜ਼ਰੂਰ ਰੱਖ ਛੋੜਾ ਮੇਰਾ ਬਾਦਸ਼ਾਹ ਅੱਲਾ 14 ਦੀ ਇੱਜ਼ਤ ਵਾਸਤੇ ਹੀ ਕਿਤਾ ਹੀ ਕਹਿ ਜਾ ਕੋਈ ਮੂਮੈਂਟ ਮਕਰੂਸ ਹੈ ਦਿਮਾਲ ਕਰਜ਼ ਦੱਸੇ ਗਾਇਬ ਤੋਂ ਅਦਾ ਫਰਮਾ ਸ਼ਾਇਨ ਸ਼ਾਲਾ ਉਹ ਜਾਈ ਵਸਣ ਵੇੜੇ ਵਸਣ ਜਿੱਥੇ ਬਾਦਸ਼ਾਹ ਹੁਸੈਨ ਦਾ ਜ਼ਿਕਰ ਹੁੰਦਾ ਉਹ ਵੇੜੇ ਵਸਣ ਕਰੀਮ ਅੱਲਾ ਬਹੁਤ ਲੱਖਾਂ 'ਚ ਇੱਕ ਦੁਆ ਮੰਗਦਾ ਇਸ ਨਾਜ਼ਿਕ ਦੌਰ 'ਚ ਹਰ ਸ਼ਰੀਫ ਜ਼ਾਦੀ ਦਾ ਪਰਦਾ ਮਹਿਫੂਜ਼ ਫਰਮਾ ਅਮੀਰ ਜ਼ਰੂਰ ਆਪ ਛੋੜੇ ਜਿਹੜੇ ਹੱਥ ਆਈ ਬੈਠੇ ਹੋਏ ਸ਼ਹਿਨ ਸ਼ਾਲਾ 14 ਦੀ ਇੱਜ਼ਤ ਦਾ ਵਾਸਤਾ ਸਾਡੇ ਪਰਦੇ ਵਾਲੇ ਵਾਲੇ ਸੱਜਣ ਜ਼ਹੂਰ ਫਰਮਾ 12ਵੇਂ ਬਾਦਸ਼ਾਹ ਦੇ ਜ਼ਹੂਰ ਦੇ ਤਾਜੀਲ ਵਾਸਤੇ ਬੁਲੰਦ ਸਲਵਾਤ ਪੜ੍ਹੋ ਮੇਰਾ ਘਰ ਹੈ ਬਹੁਤ ਛੋਟਾ ਜਿਹਾ ਬਾਦਸ਼ਾਹ ਹੁਸੈਨ ਲਾਦਨਾ ਜਿਹਾ ਗਦਾ ਗਾਨਾ ਮਖਦੂਮ ਸਾਹਿਬ ਕਦੀ ਸੋਚ ਕੇ ਨਹੀਂ ਆਇਆ ਜੋ ਬਾਦਸ਼ਾਹ ਹੁਸੈਨ ਦਾ ਜ਼ਾਕਿਰ ਸਰਵੈਸਾਂ ਹੈ ਤਾਂ ਪਿੰਨਣ ਦੀ ਜਾਏ ਜੋ ਹੋਲੀ ਬਣਾ ਕੇ ਉਹਨਾਂ ਜੋ ਕੁਝ ਖੈਰਾਤ ਜਿਹੜੀ ਮੇਰੇ ਹਿੱਸੇ ਦੀ ਆਉਂਦੀ ਹੈ 14 ਅਤਾ ਕਰ ਛੁੜੇ ਨੇ ਕਲਾ ਹੀ ਨਹੀਂ ਸੋਚਿਆ ਜੋ ਬਾਦਸ਼ਾਹ ਹੁਸੈਨ ਦਾ ਜ਼ਾਕਿਰ ਇੱਥੇ ਜ਼ਰੂਰਤ ਨਹੀਂ ਰੱਖਦਾ ਉਹਨਾਂ ਜ਼ਾਕਿਰ ਸਰਵਾਵਾਂ ਜਾਂ ਦਾ ਜ਼ਿਕਰ ਅੱਲਾ ਆਪ ਕਰੇ ਬਾਲੀ ਜ਼ਿੰਦਗੀ ਦਰਾਜ਼ ਹੋਵੇ ਮੇਰਾ ਦਿਲ ਲੱਗਦਾ ਹੈ 4/17 ਤੋਂ ਆਪਣੀ ਨੌਕਰੀ ਦਾ ਆਗਾਜ਼ ਸ਼ੁਰੂ ਕਰਾਂ ਤਵੱਜੋ ਹੈ ਜਨਾਬ ਦੀ ਇੱਕ ਸਲਵਾਤ ਪੜ੍ਹੋ ਪਾਕ ਬੀਬੀ ਦੀ ਪਾਕ ਇੱਜ਼ਤ ਤੇ ਪਾਕ ਹੁਸੈਨ ਦੀ ਪਾਕ ਅੰਮਾ ਕਿਸ ਸ਼ਾਨ ਦੀ ਮਾਲਕ ਹੈ ਕਿਸ ਇੱਜ਼ਤ ਦੀ ਮਾਲਕ ਹੈ ਉਹਨੀ ਇੱਜ਼ਤ ਅਜ਼ਮਤ ਦੀਆਂ ਜਿਤਨੀ ਕੋ ਇਸ ਹਕੀਰ ਨਾਚੀਰ ਸੇ ਅਤਾ ਹੈ ਉਹਦੇ ਮੁਤਾਬਿਕ 4/17 'ਚ ਪਾਕ ਬੀਬੀ ਦਾ ਤਾਰਫ ਕਰਵਾਉਣਾ ਚਾਹੁੰਦਾ ਜੋ ਕਿਸ ਇੱਜ਼ਤ ਦੀ ਮਾਲਕ ਹੈ ਮੇਰੀ ਮਖਦੂਮ ਹੈ ਕੌਣ ਆਏ ਨਾ ਮੈਂ ਤਾਂ ਦਾਰਾ ਨਾ ਇਸਮਤ ਦੇ ਇੱਕ ਮੁਲਕ ਦਾ ਨਹੀਂ ਪੂਰੇ ਜਗ ਦਾ ਨਾਂ ਜ਼ਹਰਾ ਹੈ ਬੋਲੇ 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 ਹੁਸੈਨ ਦੀ ਮਹਾਰਾਜੀ ਹੋਵੇ ਬੋਲੇ ਇਸ ਮਤ ਦੇ ਇੱਕ ਮੁਲਕ ਦਾ ਨਹੀਂ ਪੂਰੇ ਜਗ ਦਾ ਨਾਂ ਜ਼ਹਰਾ ਹੈ ਮੈਂ ਕਸਮਨ ਯਹਦਾਰਾ ਨਾ ਦੀਨ ਇਸਲਾਮ ਦੀ ਸ਼ਾਹਰਗ ਦਾ ਨਾਂ ਸਦਕੇ 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 ਮੈਂ ਕਸਮਨ ਯਾਹਦਾਰਾ ਨਾ ਦੀਨ ਇਸਲਾਮ ਦੀ ਸ਼ਾਹਰਗ ਦਾ ਨਾਂ ਜ਼ਹਰਾ ਹੈ ਜਿਹੜੇ ਹਾਜ਼ਰ ਬੈਠੇ ਹੋਏ ਗੱਲ ਉਹਨਾਂ ਨਾਲ ਜਿਹੜੀ ਹੱਥ ਹੈਦਰ ਦੇ ਮੁੰਦਰੀ ਆਈ ਉਹਨੇ ਲੱਗਦਾ ਨਾਂ ਜ਼ਹਰਾਏ ਜੇ ਬੋਲੇ ਤਾਂ ਗੱਲ ਅਗਲੀ ਆ ਨਾ ਜਿਹੜੀ ਸਰ ਸਰਵਰ ਦੇ ਸਜਦੀ ਆਈ ਅਸ ਪਗ ਦਾ ਨਾ ਜ਼ਿੰਦਗੀਆਂ ਯਾ ਅਲੀ ਮੁਸ਼ਕਲ ਕੁਸ਼ਾ ਅਲੀ ਵਸਦੇ ਰਹੋ ਆਬਾਦ ਰਹੋ ਇੱਕ ਸਲਵਾਤ ਪੜ੍ਹੋ ਸਾਰੇ ਸਹਿਬਾਨ ਬੁਲੰਦ ਆਵਾਜ਼ ਨਾਲ ਬਾਦਸ਼ਾਹ ਹੁਸੈਨ ਦਾ ਇੱਜ਼ਤ ਅਲਾ ਮਦਾ ਖਾਨ ਇੱਕ ਪਾਸੇ ਮੇਰਾ ਭਰਾ ਬੈਠੇ ਬੇ ਪਾਸੇ ਮੇਰਾ ਭਤੀਜਾ ਫੈਸਲ ਮਖਦੂਮ ਸਾਹਿਬ ਇਸ ਤਾਂ ਮਦਾ ਖਾਨ ਬਾਦਸ਼ਾਹਾਂ ਦੇ ਦਿਲ ਦੇ ਮੇਰਾ ਘਰ ਹੈ ਚੌਕੀ ਦੇਰ ਬਹਾਵਣਾ ਨਹੀਂ ਫਕਤ ਹਾਜ਼ਰੀ ਕਿ ਹਾਜ਼ਰੀ ਨੌਕਰੀ ਮੇਰੇ ਹਿੱਸੇ ਦੀ ਹੋ ਗਈ ਮੇਰਾ ਵਤਨ ਮੇਰਾ ਘਰ ਹੈ ਇਜਾਜ਼ਤ ਜੀ ਨੌਕਰੀ ਪਾਕ ਬਾਬਾ ਸ਼ੁਰੂ ਕਰਾਂ ਕਸੀਦੇ ਤੋਂ ਬਿਸਮਿਲ੍ਲਾ ਬਾਬਾ ਮੇਰਾ ਯਾ ਅਲੀ ਯਾ ਅਲੀ ਮੁਸ਼ਕਿਲ ਕੁਸ਼ਾ ਅਲੀ ਮੈਂ ਬਾਬੇ ਦਾ ਹੁਕਮ ਹੈ ਉੱਠੋ ਆਓ ਬੁਲੰਦਤਰ ਸਲਵਾਤ ਅੱਲਾਹ ਅੱਲਾਹ ਅੱਛਾ ਚਲੋ ਖੈਰ ਅੱਛਾ ਬਾਬੇ ਹੁਕਮ ਕੀਤਾ ਤਕਬੀਰ ਅੱਲਾਹੁ ਅਕਬਰ ਨਾਰਾ ਰਸੂਲ ਯਾ ਰਸੂਲ ਅੱਲਾਹ ਨਾਰਾ ਹਾਦਰੀ ਯਾ ਅਲੀ ਮੁਸ਼ਕਿਲ ਕੁਸ਼ਾ ਅਲੀ ਬਾਬਾ ਤੇਰੀ ਜ਼ਿੰਦਗੀ ਹੋਵੇ ਦੁਆ ਜ਼ਰੂਰ ਦੇਵੇ
दरअसल एक सोजी मेरा मेन काम है, मैं इस वजह तो नहीं पढ़ू, हम बाबे का हुक्म पढ़ता जरूर हूँ। कसीदा बादशाह अलमाल शहनशाह दी इज्जत अजमदा मेरे बाबे हुक्म लेता है मैं वो पढ़ सा ठीक है। असा डायरिया कोई नहीं चाहिए गड्डी चो, तुस सलवात पढ़ो मैं अलमाल शहनशाह दी इज्जत दसावा। थोड़ी तवज्जो मेरे हो सही, अलमाल बादशाह गाजी शहनशाह हुसैन बादशाह का मान भिरा किस इज्जत का मालक है किस अजमत का मालक है। मुल्क साहब वजीफा मोमिन का दसा एक सलवात पढ़ो गाजी शहनशाह की इज्जत है। मैं प्यादा पीर दा सदके थोड़ा थोड़ा बोलिया मेरे नाल यार हां भाई पीर दा जिक्र सुनाइए अलम वाले पीर दा जागी जागी हाजिर हो थोड़ा जिया बिस्मिल्लाह खुशहाली मलंग तू जीवें तेरी जिंदगी होवे एदा सोना सुन लेवे मेरे वतन वाले मेरे दार वाले मेरे भरा एदा सोना सुन लेवे दिल दे मैं प्यादा प्यार दिल विच रख ले इलाज पाल दा प्यार प्यार दिल विच रख ले इलाज पाल दा प्यार खुशहाली। अच्छा कहनी इज्जत का मालिक है मेरा बादशाह अलमाल जल्दी जल्दी नाल एक दो शेर सुनावणे केली शान का मालिक है केरे भक्तां दी तू लगा दी शहनशाह दी जेड़े मोमिन आए बैठे वे सिर चावी थोड़ा हाजिर होवी इवें प्यादा तू ले क्यों ना होवे भगतियों दे खुशहाली। एक शेर बाबा जी शहनशाह माले दी इज्जत दा जिले करबला दे जवारो जिले नहीं गए जो चाह के दुआ मंगदा
اسے سال علی اکبر دا بابا تھوں اپنے ذریعے تے بلاوے میں دادا پیا ہاں ویر تے ناز کرے دے چل دا دادا ویر تے ویر تے پھر اکھوئی ناز کرے دے چن دا دادا ویر تے ویر تے بابا میری نوکری ہو گئی میں تیو کو جا رہا بابا بسم اللہ کرا منگی کر دعا کسے بھین دے سامنے انہاں مان میرا نہ روئے مکوے نے چاچو بھیڑی جنہاں دے سامنے انہاں دے مان میرا روئے اذ تالیا او کربلا دا جنگل زخمی حسین لکھو دا سہرا علی اکبر دی لائی دا چش غازی شین شاہ ٹر گویا اٹھیا اے جتھے علی اکبر دا بابا قدماں تے ہاتھ لا کے اوچا رو کے علی دا بہادر بچنا دے منت لا میری کسی فوج ممرو حسین علی غازی تو میرا مان بھرا ہے تلا تری اجازت میرے کول نہیں ہو جڑی خیمہ چاہی بیٹھی نانے دی نگری چھوڑ کے تلے آسرے تری اجازت تو دے کول علم علی شہن شاہ ٹرنا شروع کی دیاری دے دروازے تھی آئے جوانا وجد آلیا دے دروازے تھی آئے بی بی آدی عباس تو میرا مان بھرا ہے روکی علی غازی آس تیرے باجو دس ہن کہندی آس آئے ضرور کرنی تیرے باجو دس ہن کہندی آس آس حاضری ہو گئی ہن میرے حصے دے آ گئے جنگ رکوا جا غازی آدھے میں نو بھائی راوا
ਦੀ ਅਬਾਸ ਦੇ ਅਬਾਸ ਜਿਹੜੇ ਜਵਾਨ ਆ ਬੈਠੇ ਇੱਕ ਬਨ ਮੈਂ ਹੋਰ ਫਰਦਾ ਬਾਬਾ ਬਿਸਮਿਲਲਾ ਕਰਾ ਮੇਰਾ ਘਰ ਮੇਰਾ ਵਤਨ ਮੇਰੀ ਹਾਜ਼ਰੀ ਹੋ ਗਈ ਹੈ ਗਾਜ਼ੀ ਰੁਲਿਆ ਹੈ ਜਵਾਲਾ ਵਾਲੀ ਆਵਾਜ਼ ਮੈਨੂੰ ਲੇਖ ਮੈਂ ਉਹ ਹਾਜ਼ਰੀ ਨਾਨੇ ਦੇ ਰੋਜ਼ੇ ਦੀ ਅੱਜ ਰਾਤ ਗੁਜ਼ਰਿਆ ਬੀਬੀਆਂ ਦੀ ਚਰਿਆ ਬੁਝਾਏ ਵੈਲੀ ਆਇਲ ਫਾਰੇ ਹੋ ਲਿਆਇਲ ਗਾਜ਼ੀ ਰੁਲਿਆ ਹੋ ਸਾਇਲ ਮੇਰਾ ਲਗੋ ਚੁਮਿਆ ਦਾ ਰੋ ਲਈ ਤੂੰ ਮੇਰੀ ਫੌਜ ਦਾ ਜਰਨੈਲ ਜਰਨੈਲ ਦਾ ਨਾਮ ਆਇਆ ਮਿੱਟੀ ਦੇ ਬਹਿ ਗਏ ਗਾਜ਼ੀ ਨਹੀਂ ਸਮਝ ਆਉਂਦੀ ਜਾਂ ਚੁੱਪ ਬੈਠਾ ਅਖਬਾਰ ਜਾਏ ਪੁੱਤਰ ਪੁੱਤਰ ਆਏ ਪਰ ਛੋੜੀਏ ਨਹੀਂ ਸਮਝ ਆਉਂਦੀ ਜਾਂ ਚੁੱਪ ਬੈਠਾ ਉਹ ਅਖਬਾਰ ਜਾਏ ਪੁੱਤਰ ਜ਼ਿੰਦਗੀ ਦੇ ਵਿੱਚ ਅੱਬਾਸ ਤੇਰਾ ਹੱਕ ਹੈ ਕਿ ਜ਼ਮਾਨਾ ਤੁਝੇ ਰੋਏ ਜਦਕਿ ਸ਼ਾਮ ਸਹਰ ਫਾਤਿਮਾ ਜ਼ਹਰਾ ਤੁਝੇ ਰੋਏ ਬਿਨ ਬਾਜ਼ੂਓਂ ਕੇ ਕੈਸੇ ਤੂੰ ਘੋੜੇ ਸੇ ਗਿਰਾ ਥਾ ਮੈਸਬ ਤੋਂ ਬਾਅਦ ਮਜ਼ਹਰੀ ਸਾਹਿਬ ਠੀਕ ਹੈ ਜੀ ਬਿਨ ਬਾਜ਼ੂਓਂ ਕੇ ਕੈਸੇ ਤੂੰ ਘੋੜੇ ਸੇ ਗਿਰਾ ਥਾ ਯੇ ਸੁਨ ਕੇ ਬਹੁਤ ਅਹਿਲ ਮਦੀਨਾ ਤੁਝੇ ਰੋਏ ਹਸਰਤ ਹੈ ਯੇ ਗਾਜ਼ੀ ਹੋ ਲਹੂ ਆਂਖ ਸੇ ਜਾਰੀ ਯੇ ਅਜ਼ਾਦਾਰ ਕਭੀ ਐਸਾ ਤੁਝੇ ਰੋਏ یہ تھے جناب غلام عباس بھنگو مولا ان کی زبان میں اس سے زیادہ تاثیر عطا فرمائے سماعت کیجئے ذاکر اہل بیت جناب میسم عباس ربانی بارعظمت محمد و آل محمد اور ان کے بعد جناب مظاہری صاحب وہ تشریف فرما ہیں وہ خطاب کریں گے بارعظمت محمد و آل محمد غلام طاہر صلوات التماس دعا بسم اللہ الرحمن الرحیم اللهم كل ولي كل حجۃ ابن الحسن علیہ السلام صلواتك علیہ وعلى آبائه فی هذه الساعة وفی كل ساعة وليا وحافظا وقائدا وناصرا ودليلا وعينا حتى تسكنه ارضك طوعا وتمتعه فيها طويلا يا رب محمد وعلى محمد صل على محمد وعلى محمد واجل فرج قائم آل محمد دعا ہے الہی ذکر پاک قبول فرما دعا ہے الہی تمام مزاداراں دا درایا قبول فرما دعا ہے الہی تمام ازاداراں دیاں پریشانیاں دور فرما دعا ہے الہی کوئی ازادار بیمار ہے تو شفا عطا فرما دعا ہے الہی کوئی ازادار بے اولاد ہے تو اولاد نرینہ عطا فرما دعا ہے الہی تمام ازاداراں نو کربلا دا زوار بنا دعا ہے الہی بارویں مولا امام زمانہ علیہ السلام دے ظہور تعجیل فرما اللہم صلی اللہ
محمد وعلى محمد تمام دعاوا دی قبولیت دی خاطر صلوات بلند آواز مجلس آزادی قبولیت دی خاطر بھی صلوات بلند آواز نال پڑھ لو اجے بھی کچھ بندیاں نے صلوات نہیں پڑھی جتنی جتنی آل محمد نے زبان طاقت دیتی اتنی طاقت نال باجماعت صلوات پڑھو نعرے تکبیر نعرے تکبیر نعرے رسالت